ਸਤਿ ਸ੍ਰੀ ਅਕਾਲ, ਮੈਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ ਤੇ। ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਯਤਨ। ਭਾਈ ਲੌਂਗੋਵਾਲ ਨੇ ਕਿਹਾ, ਪਰਿਵਾਰ ਨਾਲ ਸਲਾਹ ਕਰਕੇ ਪਾਵਾਂਗੇ ਪਟੀਸ਼ਨ। ਸ਼ਮੂਲੀਅਤ ਕਰਨ ਦੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, 2 ਘੰਟੇ ਦੀ ਆਵਾਜਾਈ ਵੀ ਕੀਤੀ ਜਾਵੇਗੀ ਠੱਪ। ਅਤੇ ਬਿਕਰਮ ਸਿੰਘ ਮਜੀਠੀਆ ਨੂੰ ਧਮਕੀ ਦੇਣ ਵਾਲਾ ਨੌਜਵਾਨ ਹੈ ਮਾਨਸਿਕ ਰੋਗੀ, 5.5 ਸਾਲ ਤੋਂ ਚੱਲ ਰਿਹਾ ਇਲਾਜ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਯਤਨ ਕਰੇਗੀ। ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਮੇਟੀ ਵੱਲੋਂ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਰਾਜੋਆਣਾ ਦੀ ਰਿਹਾਈ ਲਈ ਪਟੀਸ਼ਨ ਦਾਇਰ ਕੀਤੀ ਜਾਵੇਗੀ। ਬੀਤੇ ਕਈ ਸਾਲਾਂ ਤੋਂ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣਾ ਦੇ ਹੱਕ 'ਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜੋਆਣਾ ਦੇ ਪਰਿਵਾਰ ਦੀ ਮਦਦ ਕਰੇਗੀ। ਐਸਜੀਪੀਸੀ ਪਰਿਵਾਰ ਦੇ ਵੱਲੋਂ ਸੁਪਰੀਮ ਕੋਰਟ 'ਚ ਅਪੀਲ ਕਰਨ ਦੇ ਲਈ ਪਰਿਵਾਰ ਨੂੰ ਵਕੀਲ ਮੁਹੱਈਆ ਕਰਵਾਏਗੀ। ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਰਾਜੋਆਣਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਇਹ ਸਾਰੀ ਵਿਵਸਥਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 11 ਜਨਵਰੀ ਤੋਂ ਭੁੱਖ ਹੜਤਾਲ 'ਤੇ ਬੈਠੇ ਰਾਜੋਆਣਾ ਦੀ ਭੁੱਖ ਹੜਤਾਲ ਵੀ ਖੁਲਵਾਉਣਗੇ। ਸੋ ਹੁਣ ਜਿਹੜਾ ਅਸੀਂ ਫੈਸਲਾ ਕੀਤਾ ਹੈ ਕਿ ਸਰਦਾਰ ਬਲਵੰਤ ਸਿੰਘ ਰਾਜੋਆਣੀ ਦੀ ਜਿਹੜੀ ਹੈ ਉਹਨਾਂ ਦੀ ਇੱਕ ਪਟੀਸ਼ਨ ਅਪੀਲ ਪਟੀਸ਼ਨ ਜਿਹੜੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਪਰਿਵਾਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਭੈਣ ਜੀ ਨਾਲ ਅਤੇ ਸਾਰੇ ਅਸੀਂ ਮਿਲ ਕੇ ਜਿਹੜੀ ਹੈ ਉਹ ਇੱਕ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਵੀ ਬਹੁਤ ਸੀਨੀਅਰ ਔਰ ਟੌਪ ਦਾ ਇੱਕ ਵਕੀਲ ਕਰਕੇ ਅਸੀਂ ਜਿਹੜੀ ਆ ਉਹ ਪਟੀਸ਼ਨ ਪਾਵਾਂਗੇ। ਕਿਉਂਕਿ ਦੇਖੋ 13 ਸਾਲ ਤੋਂ ਰਾਜੋਆਣਾ ਸਾਹਿਬ ਇੱਕ ਫਾਂਸੀ ਦੀ ਕੋਠੀ ਦੇ ਵਿੱਚ ਕੈਦ ਨੇ, ਇੰਨਾ ਉਹਦੇ 'ਤੇ ਉਹਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ, ਅਜੇ ਤੱਕ ਕੋਈ ਫੈਸਲਾ ਹੀ ਨਹੀਂ ਕੀਤਾ ਸਰਕਾਰ ਵੱਲੋਂ, ਤੋ ਇੰਨੇ ਇੰਨੇ ਲੰਮਾ ਸਮਾਂ ਜਿਹੜਾ ਉਹਨਾਂ ਨੂੰ ਭੁਗਤ ਰਹੇ ਨੇ। ਸੋ ਅਸੀਂ ਕਹਿਣਗੇ ਫੈਸਲਾ ਹੋਣਾ ਚਾਹੀਦਾ ਹੈ ਉਹਨਾਂ ਦੇ ਕੇਸ ਦਾ। ਸੋ ਉਹਦੇ ਵਾਸਤੇ ਅਸੀਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਪਾਉਣ ਜਾ ਰਹੇ ਹਾਂ ਅਤੇ ਤਾਂ ਕਿ ਸਰਕਾਰ ਜਲਦ ਤੋਂ ਜਲਦੀ ਜਿਹੜਾ ਸੁਪਰੀਮ ਕੋਰਟ ਹੈ ਉਹ 'ਤੇ ਆਪਣਾ ਕੋਈ ਫੈਸਲਾ ਦੇ। ਸਾਰਾ ਖਰਚਾ ਐਸਜੀਪੀਸੀ ਵੱਲੋਂ ਹੀ? ਬਿਲਕੁਲ, ਸਾਰਾ ਫੈਸਲਾ ਜਿਹੜਾ ਸਾਰਾ ਖਰਚਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਊ। ਦੂਜੇ ਪਾਸੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦੇ ਵੱਲੋਂ ਐਸਜੀਪੀਸੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ। ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਲਵੰਤ ਸਿੰਘ ਰਾਜੋਆਣਾ ਜੇਲ੍ਹ 'ਚ ਬੰਦ ਨੇ ਤੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਜਿਸ ਦੇ ਲਈ ਹੁਣ ਉਹ ਸੁਪਰੀਮ ਕੋਰਟ 'ਚ ਪਟੀਸ਼ਨ ਪਾਉਣਗੇ। ਜਿਹੜੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਨੇ ਸਾਡੇ ਘਰ ਚੱਲ ਕੇ ਆਏ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਮਤਲਬ ਸਾਡੇ ਦਰਦ ਨੂੰ ਸਮਝਿਆ। ਜੋ 24 ਸਾਲਾਂ ਤੋਂ ਵੀਰ ਜੀ ਜੇਲ੍ਹ ਦੇ ਵਿੱਚ ਬੰਦ ਨੇ, 13 ਸਾਲਾਂ ਤੋਂ ਫਾਂਸੀ ਚੱਕੀ ਦੇ ਵਿੱਚ ਬੰਦ ਨੇ, ਅਤੇ ਉਹਨਾਂ ਨੇ ਜਿਹੜਾ ਸਾਡੇ ਪਰਿਵਾਰ ਦੇ ਦਰਦ ਨੂੰ ਸਮਝਦੇ ਹੋਏ ਅੱਜ ਸਾਡੇ ਘਰ ਆਏ ਨੇ, ਇਸ ਦੇ ਲਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇਹਦੇ ਨਾਲ ਹੀ ਅਸੀਂ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮਨ ਦੇ ਰੋਸ ਨੂੰ ਮਤਲਬ ਉਹਨਾਂ ਦੇ ਤੱਕ ਪਹੁੰਚਦਾ ਕੀਤਾ, ਜਿਹਦੇ ਕਰਕੇ ਸਾਡਾ ਤਾਂ ਜਿਹੜਾ ਮਸਲਾ ਹੀ ਇਹੀ ਆ ਕਿ ਵੀਰ ਜੀ ਨੂੰ 24 ਸਾਲ ਤੋਂ ਵੱਧ ਦਾ ਸਮਾਂ ਜੇਲ੍ਹ ਦੇ ਵਿੱਚ ਹੋ ਗਿਆ ਗਾ। ਅਤੇ ਅਸੀਂ ਤਾਂ ਇਹੀ ਬੇਨਤੀ ਪਹਿਲਾਂ ਵੀ ਕੀਤੀ ਆ ਅਤੇ ਅੱਜ ਵੀ ਕੀਤੀ ਆ ਪ੍ਰਧਾਨ ਜੀ ਨੂੰ ਕਿ 8 ਸਾਲਾਂ ਤੋਂ ਵੀਰ ਜੀ ਦਾ ਫੈਸਲਾ ਨਹੀਂ ਹੋ ਰਿਹਾ, ਅਤੇ ਇਸ ਲਈ ਜੇਕਰ ਪਹਿਲਾਂ ਤਾਂ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਉਹ ਮਤਲਬ ਕਿ ਰਾਸ਼ਟਰਪਤੀ ਤੋਂ ਫੈਸਲਾ ਲੈਣ, ਗ੍ਰਹਿ ਮੰਤਰਾਲਾ ਰਿਕਮੈਂਡੇਸ਼ਨ ਕਰੇ, ਅਤੇ ਜੇਕਰ ਨਹੀਂ ਇਸ ਤਰ੍ਹਾਂ ਦਾ ਹੋ ਰਿਹਾ ਤਾਂ ਸਾਡੇ ਪਰਿਵਾਰ ਦੀ ਇਹੀ ਬੇਨਤੀ ਸੀਗੀ ਕਿ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਵਧੀਆ ਵਕੀਲ ਦਿੱਤਾ ਜਾਵੇ ਜਿਹੜਾ ਕਿ ਅਸੀਂ ਵੀਰ ਜੀ ਦੀ ਅਪੀਲ ਪਾ ਕੇ ਫੈਸਲਾ ਲੈ ਸਕੀਏ। ਤਾਂ ਕਿ 24 ਸਾਲ ਬਹੁਤ ਲੰਬਾ ਸਮਾਂ ਹੁੰਦਾ ਗਾ ਕਿ ਆਪਣੀ ਸਜ਼ਾ ਤੋਂ ਕਿਤੇ ਵੱਧ ਵੀਰ ਜੀ ਜੇਲ੍ਹ 'ਚ ਸਮਾਂ ਬਿਤਾ ਚੁੱਕੇ ਨੇ, ਅਤੇ ਇਹ ਤਾਂ ਆਪਦੇ ਆਪ 'ਚ ਇੱਕ ਬਹੁਤ ਵੱਡੀ ਬੇਇਨਸਾਫੀ ਆ। ਲੁਧਿਆਣਾ ਤੋਂ ਵਿਵੇਕ ਢਲ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਉੱਘੇ ਵਕੀਲ ਤੇ ਸਾਬਕਾ ਵਿਧਾਇਕ HS ਫੂਲਕਾ ਨੇ ਪਿੰਡਾਂ ਵਿੱਚ ਲੋੜਵੰਦ ਲੋਕਾਂ ਲਈ ਦਵਾਈਆਂ ਦਾ ਲੰਗਰ ਲਗਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਉਪਰਾਲਾ ਸਮੁੱਚੀ ਸੰਗਤ ਵੱਲੋਂ ਕੀਤਾ ਜਾਣਾ ਚਾਹੀਦਾ ਹੈ। HS ਫੁਲਕਾ ਹੋਰਾਂ ਨੇ ਵੀ ਇੱਕ 2020 ਦਾ ਟੀਚਾ ਰੱਖਿਆ ਹੈ, ਕਿਆ ਕੁਛ ਹੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਫੁਲਕਾ ਸਾਹਿਬ, ਤੁਸੀਂ ਵੀ 2020 ਕਹਿ ਰਹੇ ਕੁਛ ਹੋਏਗਾ, ਕੀ ਕਰਨ ਜਾ ਰਹੇ ਹੋ?
ਮੈਂ ਨਾ ਬੜੀ ਕੋਸ਼ਿਸ਼ ਕੀਤੀ ਕਿ ਜੋ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਮੁੱਢਲੀ ਸਿਹਤ ਸਹੂਲਤਾਂ ਨੇ ਉਹਨਾਂ ਦਾ ਬੜਾ ਬੁਰਾ ਹਾਲ ਹੈ। ਅਸੀਂ ਇੱਕ ਮੋਬਾਈਲ ਡਿਸਪੈਂਸਰੀ ਪਿੱਛੇ 2.5 ਸਾਲ ਤੋਂ ਚਲਾ ਰਹੇ ਹਾਂ, ਪਿੰਡਾਂ ਪਿੰਡ ਪਿੰਡ ਜਾ ਜਾ ਕੇ ਦਵਾਈਆਂ ਦੇ ਦੀਆਂ, ਅਤੇ ਉਹ ਮੋਡਿਊਲ ਬੜਾ ਲੋ ਕੋਸਟ ਮੋਡਿਊਲ ਆ। ਅਤੇ ਮੈਂ ਬੜੀ ਕੋਸ਼ਿਸ਼ ਕੀਤੀ, ਵਿਧਾਨ ਸਭਾ ਦੇ ਵਿੱਚ ਵੀ 2 ਵਾਰੀ ਬੋਲਿਆ, ਹੈਲਥ ਮਿਨਿਸਟਰ ਨੇ ਇਹਦੀ ਤਾਰੀਫ ਵੀ ਬੜੀ ਕਰਤੀ, ਪਰ ਉਹ ਮੋਡਿਊਲ ਅੱਗੇ ਚੱਲਿਆ ਨਹੀਂ, ਸਰਕਾਰ ਨੇ ਇਹਨੂੰ ਅੱਗੇ ਅਡੋਪਟ ਕਰਕੇ ਅੱਗੇ ਨਹੀਂ ਚਲਾਇਆ। ਅਤੇ ਹੁਣ ਸਰਕਾਰ ਦੇ ਵੱਲ ਦੇਖਣ ਦਾ ਕੋਈ ਫਾਇਦਾ ਨਹੀਂ, ਇਕੱਲਾ ਸਰਕਾਰ ਨੂੰ ਗਾਲਾਂ ਕੱਢ ਕੇ ਕੋਈ ਫਾਇਦਾ ਨਹੀਂ ਹੈ। ਅਤੇ ਮੈਂ ਹੁਣ ਜਿਹੜਾ ਜਥੇਦਾਰ ਅਕਾਲ ਸਾਹਿਬ ਨੂੰ ਮਿਲ ਰਿਹਾ, ਅਤੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਇੱਕ ਉਹ ਸ਼ੁਰੂ ਕਰਨ ਮੁਹਿੰਮ ਦਵਾਈਆਂ ਦਾ ਲੰਗਰ। ਦੇਖੋ ਜੋ ਅਸੀਂ ਦਸਵੰਧ ਦਾ ਪੈਸਾ ਆਪਣਾ ਲੰਗਰ 'ਤੇ ਲਾਉਂਦੇ ਹਾਂ, ਦਵਾਈਆਂ ਦਾ ਲੰਗਰ ਇਹ ਵੀ ਗਰੀਬਾਂ ਦੀ ਸੇਵਾ, ਦਵਾਈਆਂ ਦਾ ਲੰਗਰ। ਔਰ ਜਿਹੜਾ ਮੈਂ ਕੌਲ ਦਿੱਤੀ ਹੈ ਕਿ 2020 ਦਵਾਈਆਂ ਦਾ ਲੰਗਰ, ਕਿ ਸਨ 2020 ਦੇ ਵਿੱਚ ਅਸੀਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਦਵਾਈਆਂ ਦਾ ਲੰਗਰ ਸ਼ੁਰੂ ਕਰ ਦਈਏ। ਜਥੇਦਾਰ ਸਾਹਿਬ ਨੂੰ ਮੈਂ ਕਿਹਾ ਕਿ ਉਹ ਇਹ ਐਲਾਨ ਕਰਨ ਕਿ ਪਿੰਡ ਦੇ ਹਰ ਗੁਰਦੁਆਰੇ 'ਚ ਹਫ਼ਤੇ 'ਚੋਂ 1 ਵਾਰੀ ਦਵਾਈਆਂ ਦਾ ਲੰਗਰ ਲਗਾਇਆ ਜਾਵੇ, ਅਤੇ ਜਿੰਨੇ ਵੀ ਡਾਕਟਰ ਆ ਉਹ ਹਫ਼ਤੇ 'ਚੋਂ 1 ਵਾਰੀ ਕਿਸੇ ਨਾ ਕਿਸੇ ਪਿੰਡ ਵਿੱਚ ਆ ਕੇ ਆਪਣੀਆਂ ਸੇਵਾਵਾਂ ਦੇਣ, ਅਤੇ ਨਾਲ ਕੋਈ ਨਾ ਕੋਈ ਜੋ ਦਸਵੰਧ ਦੇਣ ਵਾਲਾ ਹੈ ਉਹ ਦਵਾਈਆਂ ਦਾ ਉੱਥੇ ਇੰਤਜ਼ਾਮ ਕਰੇ। ਇਸ ਤਰ੍ਹਾਂ ਦੀ ਸਕੀਮ ਬਣਾ ਕੇ ਦੇ ਰਹੇ ਹਾਂ। ਹੁਣ ਜਿਹੜੀ ਮੈਂ ਦਾਖੇ ਹਲਕੇ ਦੇ ਵਿੱਚ ਚਲਾਈ ਹੋਈ ਹੈ ਡਿਸਪੈਂਸਰੀ, ਉਹ ਅੱਜ 2.5 ਸਾਲ ਹੋ ਗਏ ਆ ਉਹਨੂੰ ਚੱਲਦੇ ਹੋਏ, ਅਤੇ ਅਸੀਂ ਰੋਜ਼ 4 ਪਿੰਡਾਂ ਵਿੱਚ ਜਾਈਦਾ, ਗੁਰਦੁਆਰੇ ਦੇ ਵਿੱਚ ਇੱਕ ਕਮਰਾ ਲੈ ਲਈਦਾ, ਜਾ ਕੇ ਉੱਥੇ ਬੈਠ ਕੇ ਟੀਮ, ਸਾਡੇ ਕੋਲ 2 MBBS ਡਾਕਟਰ ਆ, ਨਾਲ ਟੈਸਟ ਵੀ ਨਾਲ ਹੁੰਦੇ ਆ, ECG ਮਸ਼ੀਨ ਵੀ ਨਾਲ ਆ, ਅਤੇ ਸਟਾਫ ਨਰਸ ਦਵਾਈਆਂ ਉੱਥੇ ਨਾਲ ਦੇਈਦੀਆਂ, ਫ੍ਰੀ ਦੇਈਦੀਆਂ ਦਵਾਈਆਂ ਵੀ, ਅਤੇ ਨਾਲ ਦੀ ਨਾਲ ਇੱਕ ਕੌਂਸਲਰ ਆ ਨਸ਼ੇ ਛਡਾਉਣ ਲਈ ਵੀ। ਬਹੁਤ ਸਾਰੇ ਉੱਥੇ ਜੋ ਨਸ਼ੇ ਕਰਨ ਵਾਲੇ ਸੀ ਉਹਨਾਂ ਨੂੰ ਵੀ ਨਸ਼ੇ ਛਡਾਏ ਆ। ਹੁਣ ਤੱਕ 700 ਦੇ ਕਰੀਬ ਅਸੀਂ ਨਸ਼ੇ ਕਰਨ ਵਾਲਿਆਂ ਦਾ ਇਲਾਜ ਕੀਤਾ, 300 ਤੋਂ ਉੱਪਰ ਚੜ ਚੁੱਕੇ ਆ। ਅਤੇ ਜਿਹੜੇ ਦੂਜੇ ਮਰੀਜ਼ ਨੇ ਉਹ ਤਾਂ ਤਕਰੀਬਨ 1 ਲੱਖ ਦੇ ਕਰੀਬ ਹੁਣ ਇਸ ਟਾਈਮ ਫਿਗਰ ਪਹੁੰਚਣ ਵਾਲੀ ਹੈ, ਜਿਨ੍ਹਾਂ ਦਾ ਇਲਾਜ ਕਰ ਚੁੱਕੇ ਹਾਂ। ਜੇ ਦੀ ਗੱਲ ਕਰੀਏ ਕਿੰਨਾ ਖਰਚਾ ਆਉਂਦਾ ਇੱਕ ਮੋਬਾਈਲ ਡਿਸਪੈਂਸਰੀ, ਇਸ ਤਰ੍ਹਾਂ ਤੁਸੀਂ ਕਹਿੰਦੇ ਗੁਰਦੁਆਰਿਆਂ ਵਿੱਚ ਲੜਨ, ਤਾਂ ਕਿੰਨਾ ਖਰਚਾ ਆਏਗਾ, ਅਤੇ ਉਹ ਖਰਚਾ ਕਿਆ ਗੁੱਲਕ 'ਤੇ ਨਿਕਾਲਿਆ ਜਾਏ ਜਾਂ ਕੋਈ ਹੋਰ ਕਰੇ ਪਿਆ? ਨਹੀਂ, ਗੋਲਕ 'ਚੋਂ ਨਹੀਂ, ਕਿਉਂਕਿ ਗੁਰਦੁਆਰੇ ਪਿੰਡ ਦੇ ਗੁਰਦੁਆਰਿਆਂ ਦੀ ਆਮਦਨ ਘੱਟ ਆ। ਕੁਛ ਕੁ ਗੁਰਦੁਆਰੇ ਨੇ ਜਿਨ੍ਹਾਂ ਦੇ ਨਾਲ ਜ਼ਮੀਨਾਂ ਨੇ ਉੱਥੇ, ਉਹ ਜਿਨ੍ਹਾਂ ਦੇ ਨਾਲ ਜ਼ਮੀਨਾਂ ਨੇ ਉੱਥੋਂ ਕੱਢਿਆ ਜਾ ਸਕਦਾ। ਬਲਕਿ ਜਿਹੜਾ ਹੁਣ ਅਸੀਂ ਕਰਦੇ ਹਾਂ, ਸਾਡੇ ਕੋਲ 2 MBBS ਡਾਕਟਰ ਆ, ਪੂਰਾ ਸਟਾਫ ਆ, ਅਤੇ ਸਾਡਾ ਇੱਕ ਪਿੰਡ ਦਾ ਖਰਚਾ 20,000 ਰੁਪਏ ਮਹੀਨਾ ਆਉਂਦਾ। ਹੁਣ ਇਹ ਤੁਸੀਂ, ਅਸੀਂ 20 ਪਿੰਡਾਂ ਜਾਂਦੇ ਹਾਂ, ਅਤੇ ਸਾਡਾ ਸਾਲ ਦਾ 40 ਲੱਖ ਰੁਪਈਆ ਜਿਹੜਾ ਇਹ ਖਰਚਾ ਆਉਂਦਾ ਇਹ 20 ਪਿੰਡ ਕਵਰ ਕਰਨ ਦਾ। ਤੋ ਇੱਕ ਪਿੰਡ ਦਾ 20,000 ਰੁਪਇਆ ਮਹੀਨਾ ਉਹ ਵੀ ਅਸੀਂ ਡਾਕਟਰ ਨੂੰ ਤਨਖਾਹ ਦਿੰਦੇ ਹਾਂ। ਜੇ ਡਾਕਟਰ ਵਲੰਟੀਅਰ ਕਰਨਗੇ, ਨਾਲ ਦੇ ਸ਼ਹਿਰ 'ਚੋਂ ਕੋਈ ਡਾਕਟਰ ਵਲੰਟੀਅਰ ਆ ਕੇ ਕਰੇਗਾ, ਤਾਂ ਇਹ ਖਰਚਾ 14-15 ਹਜ਼ਾਰ ਤੋਂ ਜ਼ਿਆਦਾ ਨਹੀਂ ਹੈ। ਅਤੇ ਉਹ ਜਿਹੜੇ ਗੁਰਦੁਆਰਿਆਂ 'ਚ ਜ਼ਮੀਨਾਂ ਨੇ ਉਹ ਤਾਂ 14-15 ਹਜ਼ਾਰ ਰੁਪਇਆ ਮਹੀਨਾ ਦੇ ਸਕਦੇ ਆ, ਉੱਥੋਂ ਕਰਨ। ਜਿਨ੍ਹਾਂ 'ਚ ਜ਼ਮੀਨਾਂ ਨਹੀਂ ਉਹ ਜਾਂ ਤਾਂ NRI ਤੋਂ ਅਸੀਂ ਸਕੀਮ ਬਣਾਈ ਆ, NRI ਤੋਂ ਸਪੋਰਟ ਲਵਾਂਗੇ। 14-15 ਹਜ਼ਾਰ ਰੁਪਇਆ ਮਹੀਨਾ ਦੇਣਾ ਕੋਈ ਵੱਡੀ ਗੱਲ ਨਹੀਂ, ਉਹਨਾਂ ਦੇ $200 ਬਣਦੇ ਆ। ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਨੀ, ਇਹਨੂੰ ਲੈ ਕੇ ਲੈਟਰ ਵੀ ਲਿਖਤਾ ਹੈ, ਕਿਆ ਸਰਕਾਰਾਂ ਨੂੰ ਨਾਲ ਵੀ ਕੁਛ ਇਹਨੂੰ ਲੈ ਕੇ ਗੱਲਬਾਤ ਹੋਏਗੀ ਜਾਂ ਸਿਰਫ ਹਲੇ SGPC ਦੇ ਸਿੱਖ ਜਥੇਬੰਦੀਆਂ ਨਾਲ ਹੀ ਗੱਲਬਾਤ ਚੱਲ ਰਹੀ ਹੈ? ਸਰਕਾਰ ਦੇ ਨਾਲ ਅਜੇ ਨਹੀਂ, ਕਿਉਂਕਿ ਉਹ ਮੈਂ ਬੜੀ ਕੋਸ਼ਿਸ਼ ਕਰ ਚੁੱਕੇ ਹਾਂ, ਵਿਧਾਨ ਸਭਾ 'ਚ ਵੀ ਮੈਂ 2 ਵਾਰੀ ਕਹਿ ਚੁੱਕੇ ਹਾਂ, ਪਰ ਸਰਕਾਰ ਨੇ ਬਿਲਕੁਲ ਇਹਨੂੰ ਅਡੋਪਟ ਨਹੀਂ ਕੀਤਾ, ਮਾਡਲ ਨੂੰ ਅਡੋਪਟ ਨਹੀਂ ਕੀਤਾ। ਸਰਕਾਰ ਦੇ ਨਾਲ ਬਾਅਦ ਦੇ ਵਿੱਚ ਜਾ ਕੇ ਦੇਖਿਆ ਜਾਊ, ਜੇ ਸਰਕਾਰ ਨਾਲ ਵੀ ਚਲੋ ਠੀਕ ਹੈ ਮਿਲ ਕੇ ਚਲਿਆ ਜਾਓ, ਕੋਈ ਸਰਕਾਰ ਦੇ ਨਾਲ ਇਹ ਮੈਂ ਇਹਨੂੰ ਪੋਲੀਟੀਕਲ ਲੈਵਲ ਤੋਂ ਉੱਪਰ ਉੱਠ ਕੇ ਚਲਾਉਣਾ ਚਾਹੁੰਦਾ ਕਿ ਸਾਰੇ ਜਣੇ ਰਲ ਕੇ ਚੱਲੀਏ। ਹੁਣ ਜਿਹੜੀ ਮੇਰੀ ਆਪਣੀ ਵੀ ਮੋਬਾਈਲ ਡਿਸਪੈਂਸਰੀ ਹੈ ਜੋ ਅਸੀਂ ਦਾਖੇ ਚਲਾ ਰਹੇ ਹਾਂ, ਉਹਦੇ 'ਚ ਜੋ ਹੁੰਦੇ MLA ਆ ਮਨਪ੍ਰੀਤ ਸਿੰਘ ਗਿਆਲੀ, ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਜਦੋਂ ਸ਼ੁਰੂ ਕੀਤੀ ਉਦੋਂ ਵੀ ਉਹਨਾਂ ਨੂੰ ਬੁਲਾਇਆ ਸੀ, ਉਹ ਜੋ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਵੀ ਬੁਲਾਇਆ ਸੀ, ਹੁਣ ਜਿਹੜੇ ਕਾਂਗਰਸ ਦੇ ਹੁਣ ਹਾਰੇ ਆ ਸੰਦੀਪ ਸੰਧੂ, ਉਹਨਾਂ ਨੂੰ ਵੀ ਕਿਹਾ ਕਿ ਪ੍ਰੋਜੈਕਟ ਸਾਹਿਬ ਦਾ ਸਾਂਝਾ ਪ੍ਰੋਜੈਕਟ ਆ, ਅਤੇ ਇਹ ਪਿੰਡਾਂ ਵਿੱਚ ਚਲਾਇਆ ਜਾਵੇ, ਪੋਲੀਟਿਕਸ 'ਚ ਉੱਪਰ ਉੱਠ ਕੇ ਚਲਾਇਆ ਜਾਵੇ। ਸਰਕਾਰ ਦੀ ਮਦਦ ਅਲਟੀਮੇਟਲੀ ਅਸੀਂ ਲਵਾਂਗੇ, ਪਰ ਹੁਣ ਜਿਹੜੀ ਸਕੀਮ ਬਣਾ ਕੇ ਚੱਲੀ ਜਾਵੇ ਉਹ ਇੱਕ ਕੌਮ ਵੱਲੋਂ, ਸਿੱਖ ਕੌਮ ਵੱਲੋਂ, ਸੰਗਤ ਵੱਲੋਂ ਇਹ ਸਕੀਮ ਹੋਵੇ ਉਹ ਬਣਾ ਕੇ ਚੱਲੇ। ਬਿਲਕੁਲ, ਗੁਰਦੁਆਰਿਆਂ 'ਚ ਵੀ ਲੰਗਰ ਲੱਗੇ ਪਰ ਲੰਗਰ ਦਵਾਈ ਦਾ ਲੱਗੇ, ਕਿਉਂਕਿ ਸਿਹਤ ਜਿਹੜੀ ਬਿਮਾਰੀਆਂ ਨੇ ਉਹ ਪਿੰਡਾਂ 'ਚ ਵੱਧਦੀਆਂ ਜਾ ਰਹੀਆਂ ਨੇ। ਇਹਨੂੰ ਲੈ ਕੇ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੈ, ਲੈਟਰ ਵੀ ਲਿਖਿਆ ਹੈ, ਦੇਖਣਾ ਹੋਏਗਾ ਅੱਗੇ ਕਿਸ ਤਰ੍ਹਾਂ ਇਹ ਸਕੀਮ ਸਿਰੇ ਚੜ੍ਹਦੀ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ਯ ਨਾਲ ਨਿਤਿਨ ਦੀਮਾਨ, ਦੈਨਿਕ ਸਵੇਰਾ TV। 8 ਜਨਵਰੀ ਨੂੰ ਭਾਰਤ ਬੰਦ ਦੇ ਸੱਦੇ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਾਥ ਦਿੱਤਾ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਦਿਨ ਪਿੰਡਾਂ ਵਿੱਚੋਂ ਕੋਈ ਵੀ ਵਸਤੂ ਵਿਕਣ ਲਈ ਸ਼ਹਿਰ ਨਹੀਂ ਆਵੇਗੀ। ਇਸ ਤੋਂ ਇਲਾਵਾ 2 ਘੰਟੇ ਲਈ ਆਵਾਜਾਈ ਵੀ ਮੁਕੰਮਲ ਬੰਦ ਰੱਖੀ ਜਾਵੇਗੀ। 8 ਤਰੀਕ ਨੂੰ ਪੂਰੇ ਦੇਸ਼ ਵਿੱਚ ਬੰਦ ਦੀ ਕਾਲ ਦਿੱਤੀ ਗਈ ਹੈ, ਜਿਸ ਕਰਕੇ ਆਮ ਆਦਮੀ ਨੂੰ
दुध सब्जियां किते आन जान च दिक्कत दा सामना करना पै सकता है। ये जड़ी बंद दी कॉल है, ये बख बख जत्थेबंदियां द्वारा दिती गई है। साडे नाल पंजाब किसान यूनियन दे जिहड़े जनरल सैकटरी है जगमोहन जी, वो साडे नाल आ। उन्हां तों जानन दी कोशिश करदे आ वी किहड़ियां उन्हां दियां डिमांडां है जिन्हां नूं लै के बंद दी कॉल दिती गई आ, और जिहड़ी ये बंद दी कॉल आ 8 तरीक नूं, इस दे विच किहड़ी किहड़ी जत्थेबंदियां इस च शामिल हो जा रहियां, ते इस बंद दे दौरान की होवेगा, की रिजल्ट रहेगा? देखो जी, भारत बंद जिहड़ा 8 जनवरी दा, ये साडा पेंडू भारत बंद आ, यानी ग्रामीण भारत बंद। ग्रामीण भारत बंद दे विच जो उत्थों तक साडा जिहड़ा अज 10 किसान जथेबंदियां जिहड़ियां उस ऑल हिंद किसान संघर्ष तालमेल कमेटी दे अंग वजों इत्थे 10 किसान जथेबंदियां शामिल आ, असीं कंसंट्रेट कीता पंजाब नूं असीं टोटल किवें बंद कर सकदे आ। पंजाब दे खास तौर ते पेंडू नूं ही मुख रूप च रखिआ, सिर्फ पेंडू नूं, उहदे ते ही साडा सारा जोर लगा होया। तो पेंडू भारत बंद दे विच पंजाब दा पेंडू इलाका जिहड़ा बंद होएगा वह एक सकेतक तौर पर बहुत दिखेगा कि पंजाब सचमुच बंद होया। अजे कि पंजाब च पंजाब दा शहरां नाल जिहड़ी अट्रैक्शन आ वह दूजिया सूबिआं नालों ज़्यादा है, पर फिर भी असी इहनू पहले पड़ा दे विचों सवेरे जल्दी उठ के असी कोई भी चीज़ जिहड़ी शहर दे लोकां लई जां आम मार्केट दे विच जां ओह वरती जांदी आ, वह पिंडां तों चाहे सब्जी आ चाहे दुध आ सारा कुछ आ, उहदे लई पिछले एक महीने तो कोशिश कर रहे हैं भी ये एक दिन लई तुसीं इस दुध नूं सर्दियां ने सांभ के रखो, किवें करो उहनू लैके ना जाओ। जे दुध चक्कण वालियां डेयरी यूनियनां ने जां दुध यूनियनां ने उन्होंने डिकलेयर करती साडी सपोर्ट, इहदी सानूं असी इस मसले च कोई तत्कार च नहीं जाणा, उहनां नाल किसे तरहां दी बहस नहीं करनी जां कोई वेस्टेज नहीं होण देणी, उहदा खोया बरोण कर रखो। हुण देखो फतेहगढ़ ते पटियाला दो तीन जिलिआं दा मैनूं जानकारी आ कि तीन दिन साहिबजादिआं दे शहीदी दिहाड़े दे उत्ते कई पिंडां ने एक गुरद्वारे चों ऐलान करता सी वी किसे ने एक लीटर भी दुध किसे बाहर नहीं वेचणा, उन्होंने लंगर लई ही तीन दिन दुध वरत्या, तो वह किसानां लई जिहड़ा खुदकशियां दे राह पिया है जिहड़े वो आप खुद किसान ने जां खेत मजदूर ने वो क्यों नहीं एक दिन लई दुध बंद करनगे। इहली बड़ा साडे सलाह नाल उन्हां दीआं ही मंगां ने, इह आराम नाल हो जाएगा, इत्थे किसी किसम दा तत्कार नहीं होएगा। हाँ असीं मतलब एक जरूर आ जिहदे लई माफ़ी चाहुंदे आ, पहला ऐलान इस लई कर रहे हैं, एक करने भी आ कि असीं 11 तों 2, 11 बजे तो लैके 2 बजे तक टोटल आवाजाही ठप्प करनी, हर प्रकार की आवाजाही, हर सड़क ते हर ट्रैक ते हर थां ते। जिहड़ी तुसीं आवाजाही ठप्प करन दी गल कर रहे हो, इस दे विच की जबरदस्ती कीती जाएगी जां मतलब कि आपसी सहमति नाल होएगी, क्योंकि पिछे असीं देखिआ है कि सड़क दे उत्ते दुध डोलिया गया, सब्जियां बखेरियां गईआं, जिहड़ियां आम जरूरत दीआं लोकां दीआं चीज़ां सीगीआं, जदों कुछ लोकां ने उहनूं आम जरूरत लोकां तक पहुँचाउण दी कोशिश कीती तां उहनूं बखेर दित्ता गया, उह नष्ट कीता गया, उह किन्ना कु सही आ वी उह इस वारी फिर उस काम नूं दोहराया जाएगा जां सिर्फ आम सहमति नाल ही इह जिहड़ा बंद है उह पूरा सफल कीता जाएगा? जो चाहे साडे कोलों जां साडे नाल दीआं कुछ होर किसान जथेबंदियां कोलों जे पिछले समय जिहो जिही कोई घटना वापरी आ, अफसोस रहा कि सानूं उस ते दुख आ। असीं मतलब एक महीनों जिस ढंग नाल परस्यू कर रहे हां, थल्ले पहुँच कर रहे हां, उहदे साफ तौर ते सानूं दिख रहा भी साडा किसे किसम दा टकराव नहीं आऊगा। हाँ तुहाडा सवाल जरूर है, जे किते टकराव आऊगा तां साडा टकराव आम लोकां दा जिहड़ा उत्पादक आ छोटा है वड्डा है किवें, उहदे नाल टकराव लैण दी कोई किसे किसम दी साडी स्कीम नहीं हैगी, कोई प्लैनिंग नहीं हैगी साडी, सारे वर्करां नूं असीं इह सियाणे कीता होया वी इह किते टकराव 'च नहीं जाणा। हाँ जे सरकार जबरदस्ती उहनां दी मदद करदी आ, सरकार सानूं रोकण तों बंद करदी आ, 2 घंटे जिहड़ी आवाजाही रोकणी आ उह सानूं जाम नहीं लाउण दिंदी, तां सरकार नाल टकराव जाणा साडी अनसर दी लोड़ होऊगी, उह सरकार साडे ते जदों हमला करेगी तां उहदा जवाब देणा साडी अनसर दी लोड़ होऊगी। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਧਮਕੀ ਦੇਣ ਵਾਲੇ ਪਿੰਡ ਪੂਹਲਾ ਦੇ ਨੌਜਵਾਨ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਉਹਨਾਂ ਦੱਸਿਆ ਕਿ ਬੀਤੇ 5.5 ਸਾਲਾਂ ਤੋਂ ਉਸ ਦੀ ਦਵਾਈ ਵੀ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਅਕਾਲੀ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਸੋਸ਼ਲ ਮੀਡੀਆ ਅਕਾਊਂਟ ਤੇ ਧਮਕੀ ਮਿਲਦੀ ਹੈ, ਪੋਸਟ ਅਪਲੋਡ ਹੁੰਦੀ ਹੈ, ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਂਦੀ ਹੈ, ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਨੇ, ਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਦੇ ਵਿੱਚ ਆਈ ਹੈ ਤੇ ਬੀਤੇ ਦਿਨ ਇੱਕ ਲੜਕੇ ਨੂੰ ਬਠਿੰਡਾ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਇਸ ਪੂਰੇ ਮਾਮਲੇ ਦੇ ਸ਼ੱਕ ਦੇ ਆਧਾਰ 'ਤੇ
ਉਹ ਲੜਕਾ ਬਠਿੰਡਾ ਦੇ ਪਿੰਡ ਪੂਲਾ ਦਾ ਰਹਿਣ ਵਾਲਾ ਹੈ। ਇਸ ਵੇਲੇ ਅਸੀਂ ਉਸੇ ਦੇ ਘਰ ਦੇ ਵਿੱਚ ਮੌਜੂਦ ਹਾਂ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਉਸੇ ਲੜਕੇ ਦਾ ਘਰ ਹੈ ਜਿਸ ਲੜਕੇ ਨੂੰ ਬਠਿੰਡਾ ਪੁਲਿਸ ਵੱਲੋਂ ਬੀਤੇ ਦਿਨ ਹਿਰਾਸਤ ਦੇ ਵਿੱਚ ਲਿਆ ਗਿਆ ਹੈ, ਜੋ ਵਿਕਰਮਜੀਤ ਸਿੰਘ ਮਜੀਠੀਆ ਨੂੰ ਧਮਕੀ ਦਿੱਤੀ ਗਈ ਸੀ। ਉਸ ਦੇ ਸ਼ੱਕ ਦੇ ਆਧਾਰ 'ਤੇ ਇਸ ਲੜਕੇ ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਅਤੇ ਜਿਹੜਾ ਉਸਦੇ ਹੋਰ ਘਰਦੇ ਨੇ, ਉਹ ਤਾਂ ਫਿਲਹਾਲ ਉਸਦੇ ਫਾਦਰ ਸਾਹਿਬ ਨੇ, ਹੋਰ ਨੇ ਰਿਸ਼ਤੇਦਾਰ, ਉਹ ਪੁਲਿਸ ਕੋਲ ਗਏ ਹੋਏ ਨੇ ਕਿਉਂਕਿ ਪੁੱਛਗਿੱਛ ਚੱਲ ਰਹੀ ਹੈ, ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਪਰ ਉਸ ਲੜਕੇ ਦੀ ਮਾਤਾ ਜੀ ਇਹ ਮੌਜੂਦ ਹੈ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਇਹ ਉਸ ਲੜਕੇ ਦੀ ਮਾਤਾ ਹੈ ਜਿਹੜੀ ਆਪ ਵੀ ਕਈ ਸਮਾਂ ਤੋਂ, ਲੰਮੇ ਸਮਾਂ ਤੋਂ ਜਿਹੜਾ ਬਿਮਾਰ ਚੱਲ ਰਹੀ ਹੈ। ਗੱਲਬਾਤ ਕਰਦੇ ਹਾਂ, ਮਾਂ ਜੀ ਕੀ ਨਾਮ ਹੈ ਤੁਹਾਡਾ? ਕਰਮਜੀਤ ਹੈ ਜੀ। ਮਾਂ ਜੀ ਕੀ ਕਾਰਨ ਹੋਇਆ ਜਿਹੜਾ ਪੁਲਿਸ ਤੁਹਾਡੇ ਬੇਟੇ ਨੂੰ ਲੈ ਕੇ ਗਈ ਹੈ? ਜੀ ਅਚਾਨਕ 1 ਵਜੇ ਆ ਕੇ, ਸ਼ਨੀਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਲੈ ਕੇ ਚੱਕ ਕੇ ਲੈ ਗਏ, ਸਾਨੂੰ ਦੱਸ ਕੇ ਕੁਛ ਨਹੀਂ ਗਏ। ਅਤੇ ਬਾਕੀ ਸਿਰੇ ਕਹਿੰਦੇ ਸੁਬਾਹ ਆ ਜੂਗਾ, ਪੁੱਛ ਗਿੱਛੀ ਕਰਨੀ ਆ, ਸੁਬਾਹ ਗਏ ਕਹਿੰਦੇ 2 ਵਜੇ ਆ ਜੂਗਾ ਜੀ। 2 ਵਜੇ ਤੋਂ ਬਾਅਦ ਕੱਲ੍ਹ ਫਿਰ ਗਏ ਕਹਿੰਦੇ ਵੀ ਦੁਪਹਿਰ ਨੂੰ ਆ ਜੂਗਾ, ਅਤੇ ਅੱਜ ਫਿਰ ਗਏ ਕਹਿੰਦੇ ਵੀ ਆਥਣ ਸ਼ਾਮ ਨੂੰ ਘਰ ਭੇਜ ਦਾਂਗੇ। ਬਾਕੀ ਜੀ ਜਸਪ੍ਰੀਤ ਦੀ ਦਵਾਈ 5.5 ਸਾਲ ਹੋ ਗਏ ਚੱਲ ਰਹੀ ਆ ਬਠਿੰਡੇ ਤੋਂ, ਅਤੇ ਦਿਮਾਗੀ ਪਰੇਸ਼ਾਨੀ ਵੀ ਹੈਗਾ ਉਹ, ਅਤੇ ਬਾਕੀ ਦੌਰੇ ਦੀ ਵੀ ਸ਼ਿਕਾਇਤ ਹੈਗੀ ਆ ਜੀ। ਕੀ ਇਹ ਇਹ ਕਿਹਦੀ ਰਿਪੋਰਟ ਹੈ, ਤੁਹਾਡੀ ਹੈ ਜਾਂ ਬੇਟੇ ਦੀ? ਇਹ ਜਸਪ੍ਰੀਤ ਦੀ ਹੈ ਜੀ। ਅੱਛਾ, ਕਿੰਨੀ ਉਮਰ ਹੈ ਬੇਟੇ ਦੀ ਤੁਹਾਡੀ, ਅਤੇ ਕੀ ਪੜ੍ਹਦਾ ਵਗੈਰਾ ਕੀ ਕਰਦਾ? ਨਹੀਂ ਜੀ, 10ਵੀਂ 'ਚੋਂ ਫੇਲ ਆ ਜੀ, 5-6 ਸਾਲ ਹੋ ਗਏ ਹਟੇ ਨੂੰ ਉਹਨਾਂ ਨੂੰ ਤਾਂ ਜੀ, ਬਸ ਖੇਤੀਬਾੜੀ ਵਾਲੇ ਡੈਡੀ ਦੇ ਨਾਲ ਜਾ ਵੜਦਾ। ਉਮਰ ਕਿੰਨੀ ਹੈ? 22 ਸਾਲ ਆ ਜੀ। ਫਿਰ ਕੀ ਕਾਰਨ ਲੱਗਦਾ ਤੁਹਾਨੂੰ, ਕਿਉਂ ਲੈ ਕੇ ਗਈ ਹੈ ਪੁਲਿਸ ਉਸ ਨੂੰ? ਜੀ ਸਾਨੂੰ ਦੱਸੇ ਕੁਛ ਨਹੀਂ ਜੀ, ਅਜੇ ਜਾ ਵੜਦਾ ਡੈਡੀ ਆ, 1-2 ਬੰਦਿਆਂ ਨੂੰ ਲੈ ਜਾਂਦੇ ਆ, ਮੁੜੇ ਆਉਂਦੇ ਆ ਉਹਦੇ ਪਾਪਾ, ਬਸ ਕਹਿੰਦੇ ਦੁਪਹਿਰੇ ਆ ਜੂ, ਸ਼ਾਮ ਨੂੰ ਆ ਜੂ, ਤੜਕੇ ਭੇਜ ਦਾਂਗੇ। ਅੱਜ ਫਿਰ ਗਏ ਸੀ ਕਹਿੰਦੇ ਵੀ ਸ਼ਾਮ ਨੂੰ ਘਰ ਆ ਜੂਗਾ। ਅੱਛਾ, ਬੇਟਾ ਤੁਹਾਡਾ ਕੀ ਕਰਦਾ, ਮਤਲਬ ਕੰਮ ਕਰਦਾ ਜਾਂ ਫਿਰ ਯਾਰਾਂ ਦੋਸਤਾਂ ਦੇ ਵਿੱਚ ਹੀ ਰਹਿੰਦਾ? ਨਹੀਂ ਜੀ, ਖੇਤੀ ਨਾਲ ਡੇਢ ਦੇ ਕਰਾਉਂਦਾ। ਮੈਂ ਤਾਂ ਬਿਮਾਰ ਹਾਂ ਜੀ, ਪੱਠੇ ਤੱਥੇ ਵੀ ਪਵਾ ਦਿੰਦਾ, ਕਹੇ ਦੱਸ ਦਿੰਦੇ ਪੱਠੇ ਪਾ ਦਿਉ, ਪਾਣੀ ਪਿਆ ਦਿਉ, ਪਸ਼ੂਆਂ ਨੂੰ ਪਿਆ ਦਿੰਦਾ ਜੀ ਇਹਦਾ। ਕੀ ਕੋਈ ਤੁਹਾਡੇ ਬੇਟੇ ਵੱਲੋਂ ਕੋਈ ਫੇਸਬੁੱਕ ਵਗੈਰਾ ਇਸਤੇਮਾਲ ਕੀਤਾ ਜਾਂਦਾ, ਫੋਨ ਵਗੈਰਾ ਇਸਤੇਮਾਲ ਕੀਤਾ ਜਾਂਦਾ ਕੁਛ? ਨਹੀਂ ਜੀ, ਮੈਨੂੰ ਨਹੀਂ ਪਤਾ, ਮੈਨੂੰ ਤਾਂ ਨਹੀਂ ਜੀ ਪਤਾ ਹੈਗਾ, ਮੈਂ ਅਨਪੜ੍ਹ ਹਾਂ, ਫੋਨ ਬਾਰੇ ਤਾਂ ਮੈਨੂੰ ਕੋਈ ਵੀ ਨਹੀਂ ਪਤਾ ਲੱਗਦਾ ਹੈਗਾ। ਅਤੇ ਆਹ ਦਿਨ ਵੀ ਦੱਸੋ ਥੋੜ੍ਹਾ, ਕਦੋਂ ਲੈ ਕੇ ਗਏ, ਕਿਹੜਾ ਦਿਨ ਸੀ ਉਹ? ਸ਼ੁੱਕਰਵਾਰ ਦੀ ਸ਼ਾਮ ਸੀ ਜੀ, ਸ਼ਨੀਵਾਰ ਨੂੰ ਦਿਨ ਚੜ੍ਹਨਾ ਸੀ ਸੁਬਾਹ ਵਾਲਾ, 1 ਵਜੇ ਲੈ ਕੇ ਗਿਆ ਜੀ, 1 ਵਜੇ ਰਾਤ ਨੂੰ। ਅਤੇ ਜਦੋਂ ਜਸਪ੍ਰੀਤ ਦੇ ਪਿਤਾ ਉਸਨੂੰ ਮਿਲਣ ਗਏ ਹੈ, ਤਾਂ ਕੁਛ ਜਸਪ੍ਰੀਤ ਨੇ ਦੱਸਿਆ ਕਿ ਉਸਦੇ ਨਾਲ ਮਾਰਕੁੱਟ ਹੋਈ ਹੈ ਜਾਂ ਕੁਛ ਹੋਇਆ ਕਿ ਨਹੀਂ? ਨਹੀਂ ਜੀ, ਮੈਂ ਇਤਿਹਾਸ ਨਹੀਂ ਪੱਟੀ, ਮੈਥੋਂ ਪੁੱਛਿਆ ਨਹੀਂ ਜਾਂਦਾ ਹੈਗਾ, ਪਤਾ ਨਹੀਂ ਹੈਗਾ ਜੀ, ਕੁੱਟਿਆ ਹੋਊਗਾ ਜੀ ਜਦੋਂ ਹੁਣ ਪੁਲਿਸ ਲੈ ਕੇ ਗਈ ਹੋਊਗੀ। ਅੱਛਾ, ਘਰ ਦੇ ਵਿੱਚ ਕਿੰਨੇ ਜੀ ਨੇ ਤੁਹਾਡੇ, ਹੋਰ ਕਿੰਨੇ ਜਵਾਕ ਆ? 3 ਬੱਚੇ ਆ ਜੀ, 2 ਗੁੱਡੀਆਂ, 1 ਕਾਕਾ ਸੀਗਾ ਜੀ, ਜਸਪ੍ਰੀਤ ਇੱਕੋ ਹੀ ਆ, 2 ਭੈਣਾਂ ਦਾ ਭਰਾ ਹੈਗਾ ਜੀ। ਕੀ ਲੱਗਦਾ ਤੁਹਾਨੂੰ, ਧੱਕਾ ਹੋ ਰਿਹਾ ਤੁਹਾਡੇ ਨਾਲ? ਧੱਕਾ ਹੀ ਲੱਗਦਾ ਜੀ, ਜਦੋਂ ਅਸੀਂ ਬਾਹਰ ਨਹੀਂ ਜਾਂਦੇ, ਅੰਦਰ ਨਹੀਂ ਜਾਂਦੇ, ਦਿਮਾਗੀ ਪਰੇਸ਼ਾਨੀ ਜ਼ਰੂਰ ਹੈਗੀ ਆ। ਦਵਾਈ ਸਾਡੀ ਲਗਾਤਾਰ 5.5 ਸਾਲ ਹੋ ਗਏ ਲਗਾਤਾਰ, 'ਚ ਕੋਈ ਨਾਗਾ ਨਹੀਂ ਹੈਗਾ। ਬਾਕੀ ਆਹ ਤਰੀਕਾਂ ਵੇਖ ਲਓ ਜੀ, ਅਸੀਂ ਕੱਲ੍ਹ ਪਰਸੋਂ ਥਾਣੇ 'ਚ ਵੀ ਦਵਾਈ ਫੜਾ ਕੇ ਆਏ ਹਾਂ, ਫੜ ਲਈ ਆ, ਸਾਨੂੰ ਦਿੰਦੇ ਆ ਜੱਥੇ ਨੂੰ, ਜਸਪ੍ਰੀਤ ਨੂੰ ਦਵਾਈ, ਤਾਂ ਕੋਈ ਸਮਝ ਨਹੀਂ ਆ ਰਹੀ ਜੀ। ਪੁਲਿਸ ਕੁਛ ਬੋਲ ਰਹੀ ਹੈ ਕਿ ਕਦੋਂ ਤੱਕ ਆ ਜਾਏਗਾ ਲੜਕਾ? ਕਹਿੰਦਾ ਸੁਬਾਹ ਆਜੋ, ਸ਼ਾਮ ਨੂੰ ਆਜੋ, ਇਦੂ ਬਾਅਦ ਤਾਂ ਕੁਛ ਨਹੀਂ ਕਹਿੰਦੇ ਹੈਗੇ, ਸ਼ਾਮ ਨੂੰ ਭੇਜ ਦਾਂਗੇ ਤਾਂ ਪੈਰੇ ਆਜੂਗਾ, ਐਂ ਕਹਿ ਦਿੰਦੇ ਜੀ। ਅਤੇ ਹੁਣ ਜਸਪ੍ਰੀਤ ਦੇ ਡੈਡੀ ਕਿੱਥੇ ਆ ਜੀ? ਉਹ ਉੱਥੇ ਗਏ ਹੋਏ ਨੇ। ਹਾਂਜੀ ਹਾਂਜੀ ਹਾਂਜੀ, ਉੱਥੇ ਥਾਣੇ ਜਾਂਦੇ ਰਹਿੰਦੇ ਨੇ, ਕੋਈ 2 ਬੰਦੇ ਲੈ ਜਾਂਦੇ, ਕਿਤੇ 4 ਲੈ ਜਾਂਦੇ ਆ, ਵੀ ਸਾਡੀ ਅਜੇ ਗੱਲ ਕੋਈ ਰਾਹ ਨਹੀਂ ਪੈ ਰਹੀ ਹੈ। ਕੋਈ ਪਿੰਡ ਦੀ ਪੰਚਾਇਤ ਜਾਂ ਸਰਪੰਚ ਵਗੈਰਾ ਕੋਈ ਗਿਆ ਨਹੀਂ ਨਾਲ ਤੁਹਾਡੇ? ਜਾਂਦੇ ਆ ਜੀ, ਅਜੇ ਉਹ ਇਕੱਠੇ ਕਰਕੇ ਬੰਦੇ ਲੈ ਕੇ ਗਏ, 1-2 ਕਰਕੇ ਲੈ ਕੇ ਗਏ, ਜਦੋਂ ਕਹਿੰਦੇ ਵੀ ਸ਼ਾਮ ਨੂੰ ਭੇਜ ਦਾਂਗੇ, ਸ਼ਾਮ ਨੂੰ ਭੇਜ ਦਾਂਗੇ, ਸੁਬਾਹ ਭੇਜ ਦਾਂਗੇ, ਵੀ ਅਜੇ 1-2 ਬੰਦੇ ਗਏ, ਇਕੱਠੇ ਹੋ ਕੇ ਨਹੀਂ ਸੀ ਅਜੇ ਗਏ। ਹੁਣ ਮੰਗ ਕੀ ਕਰਦੇ ਹੋ ਤੁਸੀਂ, ਕੀ ਸਾਡਾ ਬੱਚਾ ਜੀ ਸਹੀ ਸਲਾਮ ਤਾਂ ਘਰੇ ਆਉਣਾ ਚਾਹੀਦਾ? ਤਾਂ ਇਹ ਉਸ ਲੜਕੇ ਦੀ ਮਾਤਾ ਹੈ ਜਿਸ ਨੂੰ ਬਠਿੰਡਾ ਪੁਲਿਸ ਨੇ ਜਿਹੜਾ ਧਮਕੀ ਵਾਲਾ ਮਾਮਲਾ ਹੈ ਉਸਦੇ ਸ਼ੱਕ ਦੇ ਆਧਾਰ 'ਤੇ ਹਿਰਾਸਤ ਦੇ ਵਿੱਚ ਲਿਆ ਹੈ। ਅਤੇ ਮਾਤਾ ਜੀ ਵੀ ਕਾਫੀ ਲੰਮੇ ਸਮੇਂ ਤੋਂ ਬਿਮਾਰ ਨੇ, ਅਤੇ ਦੱਸ ਰਹੇ ਹੈ ਕਿ ਜਿਹੜਾ ਇਹਨਾਂ ਦਾ ਬੇਟਾ ਹੈ ਉਹ ਵੀ ਕਾਫੀ ਸਮੇਂ ਤੋਂ ਜਿਹੜਾ ਦਿਮਾਗੀ ਰੋਗੀ ਹੈ, ਉਸਦਾ ਵੀ ਟ੍ਰੀਟਮੈਂਟ ਚੱਲ ਰਿਹਾ ਹੈ। ਅਤੇ ਹੁਣ ਮੰਗ ਕਰ ਰਹੇ ਹੈ ਪਰਿਵਾਰ ਵਾਲੇ ਕਿ ਇਹਨਾਂ ਦਾ ਬੇਟਾ ਸਹੀ ਸਲਾਮਤ ਇਹਨਾਂ ਕੋਲ ਭੇਜਿਆ ਜਾਵੇ। ਕੈਮਰਾਮੈਨ ਮੁਕੁਲ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਪਿੰਡ ਪੂਲਾ, ਬਠਿੰਡਾ।
ਹਲਕਾ ਬਿਆਸ ਦੇ ਇੱਕ ਪਿੰਡ ਦਾ ਨੌਜਵਾਨ ਸੁਖਦੀਪ ਸਿੰਘ ਅਮਰੀਕਾ 'ਚ ਪੁਲਿਸ ਅਧਿਕਾਰੀ ਦੇ ਅਹੁਦੇ ਤੇ ਪਹੁੰਚਿਆ। ਬਿਆਸ ਦੇ ਇਸ ਨੌਜਵਾਨ ਦੀ ਇਸ ਪ੍ਰਾਪਤੀ ਲਈ ਜਿੱਥੇ ਪਰਿਵਾਰਕ ਮੈਂਬਰ ਖੁਸ਼ ਨੇ, ਉੱਥੇ ਇਲਾਕੇ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਦੇ ਨੌਜਵਾਨ ਸੁਖਦੀਪ ਸਿੰਘ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਦਾ ਨਾਮ ਅਮਰੀਕਾ 'ਚ ਰੋਸ਼ਨ ਕੀਤਾ। ਪੰਜਾਬ ਦੇ ਹਲਕੇ ਬਿਆਸ ਦਾ ਨੌਜਵਾਨ ਸੁਖਦੀਪ ਸਿੰਘ ਅਮਰੀਕਾ ਪੁਲਿਸ 'ਚ ਆਫਿਸਰ ਦੇ ਵਜੋਂ ਭਰਤੀ ਹੋਇਆ। ਦੱਸ ਦਈਏ ਕਿ ਸੁਖਦੀਪ ਸਿੰਘ ਬਿਆਸ ਦੇ ਪਿੰਡ ਜੱਲੂਵਾਲ ਦਾ ਰਹਿਣ ਵਾਲਾ ਹੈ ਤੇ ਸੁਖਦੀਪ ਦੇ ਅਮਰੀਕਾ ਪੁਲਿਸ 'ਚ ਭਰਤੀ ਹੋਣ ਦੇ ਬਾਅਦ ਪੂਰੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਹਰਿੰਦਰ ਸਿੰਘ ਜੀ, ਤੁਹਾਡਾ ਭਤੀਜਾ ਪੁਲਿਸ 'ਚ ਭਰਤੀ ਹੋਇਆ ਅਮਰੀਕਨ ਪੁਲਿਸ 'ਚ, ਕਿੰਨਾ ਕੁ ਚਾਅ ਆ, ਕੀ ਕਹਿਣਾ ਚਾਹੁੰਦੇ? ਅਸੀਂ ਮਹਾਰਾਜ ਗੜੀ ਇਹੋ ਹੱਥ ਜੋੜਦੇ ਹਾਂ, ਹਰ ਇੱਕ ਦਾ ਬੱਚਾ ਇਹੋ ਜਿਹੀ ਮਿਹਨਤ ਕਰੇ ਤੇ ਬਾਹਰ ਦੇ ਮੁਲਕਾਂ ਜਾ ਕੇ ਤਰੱਕੀਆਂ ਕਰੇ, ਸਾਨੂੰ ਬਹੁਤ ਖੁਸ਼ੀ ਆ। ਦੱਸ ਦਈਏ ਕਿ ਸੁਖਦੀਪ ਨੇ 10ਵੀਂ ਤੱਕ ਦੀ ਪੜ੍ਹਾਈ ਡਿਪਸ ਸਕੂਲ ਟਿਲਵਾਂ 'ਚੋਂ ਕੀਤੀ ਹੈ ਤੇ ਉਸ ਤੋਂ ਬਾਅਦ ਉਹ ਆਪਣੇ ਮਾਂ ਬਾਪ ਦੇ ਨਾਲ ਲੈਬਨਾਨ ਚਲਾ ਗਿਆ ਸੀ, ਜਿਸ ਤੋਂ ਬਾਅਦ ਸਾਰਾ ਪਰਿਵਾਰ ਅਮਰੀਕਾ ਸ਼ਿਫਟ ਹੋ ਗਿਆ ਤੇ ਹੁਣ ਸੁਖਦੀਪ ਸਿੰਘ ਅਮਰੀਕਾ ਪੁਲਿਸ 'ਚ ਬਤੌਰ ਅਧਿਕਾਰੀ ਭਰਤੀ ਹੋ ਗਿਆ। ਬਿਆਸ ਤੋਂ ਸੁਨੀਲ ਦੇਵਗਨ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਕੜਾਕੇ ਦੀ ਠੰਡ ਵਿੱਚ ਮਲੇਰਕੋਟਲਾ ਵਿਖੇ ਪੰਜਾਬ ਪੁਲਿਸ ਵੱਲੋਂ ਲਗਾਏ ਚਾਹ ਪਕੌੜਿਆਂ ਦੇ ਲੰਗਰ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਰਸਤੇ 'ਚੋਂ ਲੰਘ ਰਹੇ ਉੱਗੇ ਲੋਕ ਗਾਇਕ ਹਰਜੀਤ ਹਰਮਨ ਵੀ ਇਸ ਲੰਗਰ ਨੂੰ ਦੇਖ ਕੇ ਰੁਕ ਗਏ ਤੇ ਲੰਗਰ ਦੀ ਸੇਵਾ ਵਿੱਚ ਪੰਜਾਬ ਪੁਲਿਸ ਦਾ ਹੱਥ ਵਟਾਇਆ। ਠੰਡ ਹੋਵੇ ਜਾਂ ਗਰਮੀ, ਮੁਲਜ਼ਮਾਂ ਦੀ ਸੇਵਾ ਕਰਦੀ ਤਾਂ ਪੰਜਾਬ ਪੁਲਿਸ ਤੁਸੀਂ ਬਹੁਤ ਵਾਰ ਦੇਖੀ ਹੋਵੇਗੀ, ਪਰ ਇੰਨੀ ਠੰਡ 'ਚ ਲੰਗਰ 'ਚ ਜੁਟੀ ਪੰਜਾਬ ਪੁਲਿਸ ਕਦੇ ਕਦਾਏ ਹੀ ਦਿਖਾਈ ਦਿੰਦੀ ਏ। ਇਹ ਤਸਵੀਰਾਂ ਮਲੇਰਕੋਟਲਾ ਦੀਆਂ ਨੇ ਜਿੱਥੇ ਪੰਜਾਬ ਪੁਲਿਸ ਦੇ ਅਫਸਰਾਂ ਤੇ ਜਵਾਨਾਂ ਸਮੇਤ ਠੰਡ 'ਚ ਲੋਕਾਂ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਪੰਜਾਬ ਪੁਲਿਸ ਨੂੰ ਸੇਵਾ 'ਚ ਦੇਖ ਰਸਤੇ 'ਚੋਂ ਗੁਜ਼ਰ ਰਹੇ ਗਾਇਕ ਹਰਜੀਤ ਹਰਮਨ ਵੀ ਰੁਕ ਗਏ ਤੇ ਪੰਜਾਬ ਪੁਲਿਸ ਨਾਲ ਸੇਵਾ 'ਚ ਜੁੜ ਗਏ। ਅਸੀਂ ਤਾਂ ਸ਼ੋਅ 'ਤੇ ਜਾ ਰਹੇ ਸੀ, ਬਹੁਤ ਹੀ ਅੱਛਾ ਉਪਰਾਲਾ ਦੇਖਣ ਨੂੰ ਮਿਲਿਆ ਅਤੇ ਅਕਸਰ ਆਪਾਂ ਉਹ ਸ਼ਹੀਦੀ ਜੋੜ ਮੇਲੇ ਦੇ ਦਿਨਾਂ ਦੇ ਦੌਰਾਨ ਇਹ 2-2 ਕਿਲੋਮੀਟਰ 'ਚ 5-5-6-6 ਲੰਗਰ ਲਾਉਂਦੇ ਹਾਂ ਅਤੇ ਇਹ ਲੰਗਰ ਹੈ ਜਿਹੜਾ ਜਦੋਂ ਸ਼ਹੀਦੀ ਜੋੜ ਮੇਲਾ ਸਮਾਪਤ ਹੋ ਗਿਆ ਉਦੋਂ ਸ਼ੁਰੂ ਕੀਤੇ ਜਾਂਦਾ ਅਤੇ ਲੋਕਾਂ 'ਚ ਉਤਸ਼ਾਹ ਵੀ ਹੁੰਦਾ, ਜਿਹਨੂੰ ਲੋੜ ਹੁੰਦੀ ਹੈ, ਸਾਨੂੰ ਵੀ ਭੁੱਖ ਲੱਗਦੀ, ਅਸੀਂ ਵੀ ਰੁਕ ਜਾਂਦੇ ਹਾਂ ਰਸਤੇ 'ਚ ਅਤੇ ਮੈਨੂੰ ਬੜਾ ਮਨ ਨੂੰ ਸਕੂਨ ਵਾਲਾ ਜਿਹੜਾ ਇਹ ਕਾਰਜ ਕੀਤਾ ਮਲੇਰਕੋਟਲਾ ਪੁਲਿਸ ਦੀ ਸ਼ਲਾਘਾ ਯੋਗ ਕਦਮ ਹੈ ਜੀ। ਇੱਕ ਲੋਕਾਂ ਨਾਲ ਤਾਲਮੇਲ, ਪੁਲਿਸ ਤਾਂ ਪਬਲਿਕ ਨਾਲ ਬਣਦਾ, ਪੁਲਿਸ ਦੇ ਨੇੜੇ ਆਉਂਦੇ ਨੇ ਲੋਕ ਅਤੇ ਬਹੁਤ ਅੱਛਾ ਉਪਰਾਲਾ। ਇਹ ਬਹੁਤ ਜ਼ਿਆਦਾ ਉਪਰਾਲਾ, ਇਸ ਦੇ ਨਾਲ ਆਮ ਸੰਗਤ ਅਤੇ ਜਿਹੜਾ ਪੁਲਿਸ ਦੇ ਵਿੱਚ ਜਿਹੜਾ ਦੂਰੀ ਆ ਉਹ ਬਹੁਤ ਮਿਟਦੀ ਹੈ। ਜਦੋਂ ਲੋਕ ਸਾਡੇ ਕੋਲੋਂ ਆ ਕੇ ਲੰਗਰ ਛਕਦੇ ਆ ਉਹਨੂੰ ਬਹੁਤ ਵਧੀਆ ਲੱਗਦਾ, ਕਿਉਂਕਿ ਪਹਿਲਾਂ ਅਸੀਂ ਲੰਗਰ ਅਤੇ ਉਦੋਂ ਡਿਊਟੀਆਂ ਸਾਡੀਆਂ ਬਹੁਤ ਸਖ਼ਤ ਸੀਗੀਆਂ ਕਿਉਂਕਿ ਟਰੈਕਟਰ ਟਰਾਲੀਆਂ ਲੰਘਦੇ ਸੀ, ਉਦੋਂ ਟਰੈਫਿਕ ਦੀ ਡਿਊਟੀ ਸੀਗੀ, ਪਰ ਹੁਣ ਇਸ ਕਰਕੇ ਅੱਜ ਅਸੀਂ ਰਿਲੈਕਸ ਹਾਂ ਅਤੇ ਨਾਲੇ ਹੁਣ ਲੰਗਰ ਉਦੋਂ ਬਹੁਤ ਜ਼ਿਆਦਾ ਲੱਗੇ ਹੋਏ ਸੀਗੇ, ਇਸ ਕਰਕੇ ਅੱਜ ਲੰਗਰ ਜਿਹੜਾ ਲੱਗਿਆ ਕਿਉਂਕਿ ਠੰਡ ਵੀ ਬਹੁਤ ਆ, ਇਸ ਕਰਕੇ ਜਿਹੜੇ ਗਰੀਬ ਲੋੜਵੰਦ ਲੋਕ ਆ ਉਹ ਪੀ ਰਹੇ, ਇਹਦੇ ਨਾਲ ਹਿੰਦੂ ਸਿੱਖ ਮੁਸਲਮਾਨ ਭਾਈਚਾਰੇ ਦੀ ਇੱਕ ਸਾਂਝ ਪੈਦਾ ਹੁੰਦੀ ਹੈ ਇਹਦੇ ਵਿੱਚ। ਉੱਥੇ ਹੀ ਪੰਜਾਬ ਪੁਲਿਸ ਵੱਲੋਂ ਲਗਾਏ ਲੰਗਰ ਨੂੰ ਸ਼ੱਕ ਆਮ ਲੋਕ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਨੇ। ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਇਹ ਪੰਜਾਬ ਪੁਲਿਸ ਜੋ ਵੀ ਥਾਣੇਦਾਰ ਨੇ ਲੰਗਰ ਲਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇੰਨੀ ਠੰਡ ਦੇ ਵਿੱਚ ਜ਼ਿਆਦਾਤਰ ਤਾਂ ਲੋਕ ਵੀ ਮਤਲਬ ਗੁਰਦੁਆਰਿਆਂ ਮੂਹਰੇ ਹੀ ਲੰਗਰ ਲਾਉਂਦੇ ਨੇ, ਇਹ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਆ ਜਿਹੜਾ ਮਤਲਬ ਕਿ ਜਿੰਨੀ ਇੰਨੀ ਠੰਡ ਦੇ ਵਿੱਚ ਇਹਨਾਂ ਨੇ ਇਹ ਉਪਰਾਲਾ ਕੀਤਾ। ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ, ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜਿਹੜੇ ਪੰਜਾਬ ਪੁਲਿਸ ਨੇ ਨੰਬਰ ਲਾਇਆ ਸੀ ਨਾ, ਆਮ ਤਾਂ ਮੈਂ ਦੱਸਿਆ ਭੈਣ ਨੇ ਪਹਿਲਾਂ ਜੀ ਹੁਣ ਵੀ ਮੰਦਰ ਵਿੱਚ ਤਾਂ ਮੂਹਰੇ ਗੁਰਦੁਆਰੇ ਮੂਹਰੇ ਹੋਰ 'ਤੇ ਲਾਇਆ ਜਾਂਦਾ, ਵੀ ਜਿਹੜਾ ਇਹਨਾਂ ਨੇ ਲਾਇਆ ਜੀ ਆ ਬਹੁਤ ਵਧੀਆ ਹੋਇਆ ਸੀ ਨਾ ਜੀ ਇੰਨੀ ਠੰਡ ਦੇ ਵਿੱਚ, ਅਤੇ ਠੰਡ ਦੇ ਵਿੱਚ ਨੰਬਰ ਲਾਉਣਾ ਸੀ ਨਾ ਜੀ, ਬਹੁਤ ਬੜਾ ਪੁੰਨ ਆ ਇਹ। ਮਲੇਰਕੋਟਲਾ ਤੋਂ ਮਨੀਸ਼ ਵਰਮਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਰਚਨਾ ਨੂੰ ਦਿਓ ਇਜਾਜ਼ਤ, ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ।